ਪੰਜਾਬ ਦੇ ਨੀ ਹਿੰਦੁਸਤਾਨ ਦੇ ਇਤਿਹਾਸ ਚ ਨੀ। ਮੈਂ ਤਾਂ ਇੰਨਾ ਨਿਕੰਮਾ ਮੁੱਖ ਮੰਤਰੀ ਹੈ, ਇਹਨੂੰ ਨਾ ਬਜਟ ਪਤਾ ਨਾ ਬੋਲਣ ਦਾ ਤਰੀਕਾ ਪਤਾ। ਮੈਨੂੰ ਲੱਗਦਾ ਸ਼ਰਮ ਆਉਂਦੀ ਹੈ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਹੈ, ਨਾ ਅਸੈਂਬਲੀ ਦੀ ਮਰਿਆਦਾ ਦਾ ਪਤਾ, ਨਾ ਅਸੈਂਬਲੀ ਵਿੱਚ ਪ੍ਰੋਟੋਕੋਲ ਦਾ ਪਤਾ ਹੈ। ਤਾਂ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ 25 ਸਾਲ ਰਹੇ, ਉਹਨਾਂ ਦੀਆਂ ਵੀਡੀਓ ਕਢਾ ਕੇ ਸ਼ਾਮ ਨੂੰ ਦੇਖ ਲਏ ਕਿ ਮੁੱਖ ਮੰਤਰੀ ਦਾ ਮਤਲਬ ਕੀ ਹੁੰਦਾ। ਜਦੋਂ ਜਾਂਦੇ ਆ ਬੰਬੇ, ਉਦੋਂ ਜਾ ਕੇ ਕਹਿੰਦੇ ਸਾਡੇ ਦੇਖੋ, ਸਾਡੇ 4-ਲੇਨ ਸੜਕਾਂ ਦੇਖੋ, ਸਾਡੇ ਏਅਰਪੋਰਟ ਦੇਖੋ, ਸਾਡੇ ਪਾਵਰ ਸਰਪਲਸ। ਐਂ ਤਾਂ ਦੱਸਦਾ ਨਹੀਂ ਕਿ ਬਾਦਲ ਸਾਹਿਬ ਨੇ ਬਣਾਇਆ। ਕਿਹੜਾ ਆਊਗਾ ਇੱਥੇ ਤੁਹਾਡੇ ਕੋਲੇ? ਇੱਕ ਤਾਂ ਇਹਦੀ ਸ਼ਕਲ ਦੇਖ ਕੇ ਨਹੀਂ ਕਿਸੇ ਨੇ ਆਉਣਾ। ਯਾਰ ਇੱਕ ਗੱਲ ਦੱਸਾਂ ਕੀ ਹੈ, ਇੱਕ ਤਾਂ ਨੌਜਵਾਨ ਤੂੰ ਬੇਟਾ ਹੈ, ਬਜ਼ੁਰਗਾਂ ਨੂੰ ਐਂ ਨਹੀਂ ਗੱਲ ਕਰੀ ਹੁੰਦੀ, ਖੁਸ਼ ਨਹੀਂ, ਇਹ ਚੰਗਾ ਨਹੀਂ ਹੁੰਦਾ, ਕਿਉਂਕਿ ਸੀਨੀਅਰ ਆਪਣੇ ਸਾਰਿਆਂ ਦੇ ਬਜ਼ੁਰਗ ਹੈ। ਤੋ ਦੇਖੋ ਮੇਰੇ ਤਾਂ ਇਹਨਾਂ ਦਾ ਬੇਟਾ ਬੱਚਾ। ਮੈਂ ਜਵਾਬ ਦੇ ਦੇਣਾ ਜੀ, ਗੱਲ ਇਹ ਆ ਵੀ ਹੁਣ ਸਿਚੁਏਸ਼ਨ ਹੋਰ ਚੇਂਜ ਹੋ ਗਈ, ਅੱਜ ਉਹ ਪੁਰਾਣੀ ਗੱਲ ਨਹੀਂ ਰਹੀ। ਜੋ ਹਾਲਾਤ ਪੰਜਾਬ ਦੇ ਅਤੇ ਪੰਥ ਦੇ ਅੱਜ ਦੇਖੇ ਹੈ, ਔਰ ਉਹ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ ਕਿ ਕੀ ਹਾਲਾਤ ਜੇ ਹੁਣ ਅਸੀਂ ਨਹੀਂ ਇਕੱਠੇ ਹੁੰਦੇ। ਪੰਜਾਬੀ ਦਾ ਗੀਤ ਆ, ਦੋ ਸਿਰ ਜੁੜਦਿਆਂ ਦੇ ਕੋਈ ਚੰਦਰਾ ਮਾਰਦਾ ਭਾਨੀ। ਮੈਂ ਤਾਂ ਉਹਨਾਂ ਨੂੰ ਜੇ ਮੇਰੀ ਸੁਣ ਰਿਹਾ ਆ ਥਰੂ ਦਾ ਟੀਵੀ, ਮੈਂ ਅੱਜ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਜ਼ਰੂਰ ਅਕਾਲੀ ਦਲ 'ਚ ਆਉਣ, ਅਤੇ ਇਕੱਲੇ ਉਹ ਨਹੀਂ, ਦੂਜੇ ਵੀ ਸਾਥੀ ਜਿਹੜੇ ਹੈਗੇ ਉਹਨਾਂ ਨੂੰ ਬੇਨਤੀ ਕਰਦਾ ਕਿ ਮੇਰੇ ਤਰਫੋਂ ਮੈਂ ਤੁਹਾਨੂੰ ਅੱਜ ਕੇ ਮੈਂ ਤੁਹਾਡੇ ਰਾਹੀਂ ਹੱਥ ਜੋੜ ਕੇ ਬੇਨਤੀ ਕਰਦਾ, ਅਤੇ ਇਕੱਲੇ ਉਹਨਾਂ ਨੂੰ ਨਹੀਂ, ਸਾਰੇ ਕਈ ਲੋਕ ਕੋਈ ਅਲੱਗ ਅਲੱਗ ਪਾਰਟੀਆਂ ਗਏ ਹੈ, ਭਾਵੇਂ ਕੋਈ ਕਾਂਗਰਸ 'ਚ ਚਲਾ ਗਿਆ, ਕੋਈ ਆਪ 'ਚ ਚਲਾ ਗਿਆ, ਸਾਰਿਆਂ ਨੂੰ ਕਹਿੰਦਾ ਪੰਜਾਬ ਵਾਸਤੇ, ਕੌਮ ਵਾਸਤੇ ਇਕੱਠੇ ਹੋ ਜਾਏ ਇੱਕ ਝੰਡੇ ਥੱਲੇ। ਅਕਾਲੀ ਦਲ ਤੁਹਾਡਾ ਆਪਣਾ ਹੈ। ਅੱਜ ਬਜਟ ਪੇਸ਼ ਹੋਇਆ ਵਿਧਾਨ ਸਭਾ ਦੇ ਵਿੱਚ, ਅੱਜ ਕੀ ਕਹਿਣਾ ਚਾਹੁੰਦੇ ਹੋ ਤੁਸੀਂ, ਕਿਉਂਕਿ ਕਈ ਸਰਕਾਰ ਨੇ ਵਾਅਦੇ ਕੀਤੇ। ਇੰਨਾ ਨਿਕੰਮਾ ਮੁੱਖ ਮੰਤਰੀ, ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਇਤਿਹਾਸ 'ਚ ਨਹੀਂ। ਮੈਂ ਤਾਂ ਇੰਨਾ ਨਿਕੰਮਾ ਮੁੱਖ ਮੰਤਰੀ ਹੈ, ਇਹਨੂੰ ਨਾ ਬਜਟ ਪਤਾ ਨਾ ਬੋਲਣ ਦਾ ਤਰੀਕਾ ਪਤਾ। ਮੈਨੂੰ ਲੱਗਦਾ ਸ਼ਰਮ ਆਉਂਦੀ ਹੈ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਹੈ, ਅਤੇ ਮੈਂ ਹੈ ਨਾ ਅਸੈਂਬਲੀ ਦੀ ਮਰਿਆਦਾ ਦਾ ਪਤਾ, ਨਾ ਅਸੈਂਬਲੀ ਵਿੱਚ ਪ੍ਰੋਟੋਕੋਲ ਦਾ ਪਤਾ। ਮੈਂ ਕਹਿੰਦਾ, ਬੇਨਤੀ ਕਰਨਾ ਚਾਹੁੰਦਾ, ਜੇ ਥੋੜ੍ਹਾ ਮੋਟਾ ਵੀ ਅਕਲ ਹੋਏ, ਜੇ ਉਹਨੂੰ ਨਹੀਂ ਸਿਸਟਮ ਦਾ ਪਤਾ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ 25 ਸਾਲ ਰਹੇ, ਉਹਨਾਂ ਦੀਆਂ ਵੀਡੀਓ ਕਢਾ ਕੇ ਸ਼ਾਮ ਨੂੰ ਦੇਖ ਲਏ ਕਿ ਮੁੱਖ ਮੰਤਰੀ ਦਾ ਮਤਲਬ ਕੀ ਹੁੰਦਾ, ਅਤੇ ਕਿਵੇਂ ਮੁੱਖ ਮੰਤਰੀ ਅਸੈਂਬਲੀ 'ਚ ਬਿਹੇਵ ਕਰਦਾ, ਉਹਨਾਂ ਨੂੰ ਜੇ ਸਿੱਖਣਾ ਚਾਹੀਦਾ। ਦੂਜੀ ਗੱਲ ਬਜਟ ਐਡੇ ਵੱਡੇ ਠੱਗਾ ਹੈ, ਆਹ ਬਜਟ ਪੇਸ਼ ਕੀਤਾ, ਤੁਸੀਂ ਹੈਰਾਨ ਰਹਿ ਜਾਓਗੇ। 2 ਲੱਖ ਕਰੋੜ ਦਾ ਇਹਨਾਂ ਨੇ ਬਜਟ ਪੇਸ਼ ਕੀਤਾ ਜੀ, ਕਹਿੰਦੇ 2 ਲੱਖ ਕਰੋੜ ਦਾ। ਮੈਂ ਮੋਟੀਆਂ ਮੋਟੀਆਂ ਗੱਲ ਦਾ ਪੁੱਛਣਾ ਚਾਹੁੰਦਾ, ਇਸ ਬਜਟ ਵਿੱਚ ਉਹਨਾਂ ਨੇ ਜਦੋਂ ਕਹਿੰਦੇ ਹੁੰਦੇ ਸੀ, ਜਦੋਂ ਵੋਟਾਂ ਮਿਲੀਆਂ, ਕਹਿੰਦੇ 1000 ਰੁਪਇਆ ਹਰ ਔਰਤ ਨੂੰ ਦੇਵਾਂਗੇ। ਅੱਜ ਮੈਨੂੰ ਲੱਗਦਾ ਦੂਜਾ ਬਜਟ ਹੋ ਗਿਆ, ਮੈਨਸ਼ਨ ਹੀ ਹੈ ਨਹੀਂ ਤੀਜਾ ਮੈਨਸ਼ਨ ਹੀ ਹੈ ਨਹੀਂ। ਮੁਲਾਜ਼ਮਾਂ ਨੂੰ ਇਹਨਾਂ ਨੇ ਕਿਹਾ ਸੀ ਓਲਡ ਪੈਨਸ਼ਨ ਬਹਾਲ ਕਰਾਂਗੇ, ਇਹਦਾ ਜ਼ਿਕਰ ਹੀ ਹੈ ਨਹੀਂ। 2 ਲੱਖ ਕਰੋੜ ਤੋਂ ਰੋਜ਼ ਕਹਿੰਦਾ ਮੈਂ ਨੌਜਵਾਨਾਂ ਦੀ ਅਸੀਂ ਕਰਾਂਗੇ, ਨੌਜਵਾਨਾਂ ਵਾਸਤੇ। ਤੁਸੀਂ ਦੇਖੋ
ਪੂਰੇ ਬਜਟ ਵਿੱਚ 61 ਕਰੋੜ 2 ਲੱਖ ਕਰੋੜ ਵਿੱਚੋਂ 61 ਕਰੋੜ ਹੀ ਫੋਰ ਯੂਥ ਹੈ, 61 ਕਰੋੜ। ਦੂਜੀ ਗੱਲ, ਕਹਿੰਦਾ ਪੰਜਾਬ 'ਚ ਇੰਡਸਟਰੀ ਲੈ ਕੇ ਆਉਣੀ ਹੈ, ਇੰਡਸਟਰੀ ਕਹਿੰਦਾ ਜਦੋਂ ਜਾਂਦੇ ਆ ਬੰਬੇ ਉਦੋਂ ਜਾ ਕੇ ਕਹਿੰਦੇ ਸਾਡੇ ਦੇਖੋ, ਸਾਡੇ 4 ਲੇਨ ਸੜਕਾਂ ਦੇਖੋ, ਸਾਡੇ ਏਅਰਪੋਰਟ ਦੇਖੋ, ਸਾਡੇ ਪਾਵਰ ਸਰਪਲਸ, ਐਂ ਤਾਂ ਦੱਸਦਾ ਨਹੀਂ ਕਿ ਬਾਦਲ ਸਾਹਿਬ ਨੇ ਬਣਾਇਆ। ਅਤੇ ਇਨਸੈਂਟਿਵ ਦੇਖੋ ਹੁਣ ਜਿਹਨੂੰ ਲੈ ਕੇ ਆਉਣਾ ਇੱਥੇ ਕਿੰਨਾ ਰੱਖਿਆ ਬਜਟ ਵਿੱਚ, ਅਗਲੇ ਸਾਲ ਵਿੱਚ 50 ਕਰੋੜ ਰੱਖਿਆ ਇੰਡਸਟਰੀਅਲ ਇਨਸੈਂਟਿਵ ਵਾਸਤੇ, ਇਕੱਲਾ 50 ਕਰੋੜ ਕਿਹੜਾ ਆਊਗਾ ਇੱਥੇ ਤੁਹਾਡੇ ਕੋਲ? ਇੱਕ ਤਾਂ ਇਹਦੀ ਸ਼ਕਲ ਦੇਖ ਕੇ ਨਹੀਂ ਕਿਸੇ ਨੇ ਆਉਣਾ, ਹੈ ਇੱਕ ਇਹਦੇ ਬਿਹੇਵੀਅਰ ਦੇਖ ਕੇ ਨਹੀਂ ਆਉਣਾ, ਇੱਕ ਜਾਇਜ਼ੀ ਹਾਲਾਤ ਲਾਅ ਐਂਡ ਆਰਡਰ ਦੀ ਸਿੱਧੇ ਕੋਈ ਆਉਣਾ ਨਹੀਂ, 50 ਕਰੋੜ। ਦੂਜੀ ਗੱਲ ਜਿਹੜੀ ਸਭ ਤੋਂ ਮਾੜੀ ਹੈ, ਦੇਖੋ ਆਪਣੇ ਹੜ੍ਹ ਆਏ, ਕਰੋੜਾਂ ਰੁਪਈਏ ਦੇ ਨੁਕਸਾਨ ਹੋਇਆ, 1 ਰੁਪਿਆ ਮੁਆਵਜ਼ਾ ਨਹੀਂ। ਆਪਣਾ ਜਿਹੜੇ ਨਰਮੇ ਦੀ ਸੁੰਡੀ ਪੈ ਕੇ ਤਬਾਹ ਹੋ ਗਿਆ, 1 ਰੁਪਿਆ ਮੁਆਵਜ਼ਾ ਨਹੀਂ। ਗੜੇ ਪੈ ਗਏ, 1 ਰੁਪਿਆ ਨਹੀਂ। ਮੈਂ ਹੁਣੀ ਕੱਲ੍ਹ ਹੀ ਪਰਸੋਂ ਕੱਲ੍ਹ ਗਿਆ ਸੀ, ਇੱਥੇ ਗੜੇ ਪਏ ਆ ਬਠਿੰਡੇ ਤੋਂ ਲੈ ਕੇ ਮੋਗੇ ਤੱਕ, ਮੈਨੂੰ ਲੱਗਦਾ 15 ਪਿੰਡਾਂ ਤੋਂ ਮੈਂ ਗਿਆ ਸੀ, ਘੱਟ ਤੋਂ ਘੱਟ 100 ਪਿੰਡ ਹੋਣਾ ਜਿੱਥੇ ਫਸਲ ਤਬਾਹ ਹੈ। ਇਹਨੇ ਪੂਰੇ ਬਜਟ ਵਿੱਚ ਅਗਲੇ ਸਾਲ ਬਸ ਅਸਿਸਟੈਂਸ ਟੂ ਫਾਰਮਰਸ ਫੋਰ ਨੈਚੁਰਲ ਕਲੈਮਿਟੀ, ਕਿ ਜੇ ਕੋਈ ਗੜੇ ਗੁੜੇ ਪੈਣਗੇ ਪੂਰੇ ਪੰਜਾਬ ਵਿੱਚ ਅਗਲੇ ਸਾਲ, 130 ਕਰੋੜ ਰੁਪਇਆ। 100 ਕਰੋੜ ਤਾਂ ਬਾਦਲ ਸਾਹਿਬ ਨੇ ਚੋਣੀਆਂ ਨੂੰ ਦੇਤਾ ਸੀ, ਜਦੋਂ ਨਰਮੇ ਦੀ ਫਸਲ ਨੁਕਸਾਨ ਹੋਇਆ ਸੀ, 500 ਕਰੋੜ ਰੁਪਇਆ ਇੱਕ ਫਸਲ ਦਿੱਤਾ, ਜਿਹੜੇ ਪੂਰੇ ਸਾਲ ਵਾਸਤੇ 130 ਕਰੋੜ ਰੁਪਇਆ। ਆ ਬਜਟ ਪੇਸ਼ ਕਰਨਾ, ਤਬਾਹ ਕਰਤਾ ਸੂਬਾ ਇਸ ਕਰਕੇ। ਮੈਂ ਹੋਰ, ਅੱਛਾ ਇੱਕ ਹੋਰ ਗੱਲ ਹੈ, ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹੋ, ਪਿਛਲੇ ਬਜਟ ਵਿੱਚ 2 ਲੱਖ ਕਰੋੜ ਵਿੱਚੋਂ ਉਦੋਂ 2.5 ਲੱਖ ਸੀ, 10,000 ਕਰੋੜ ਰੱਖਿਆ ਸੀ ਕੈਪੀਟਲ ਐਕਸਪੈਂਡੀਚਰ। ਕੈਪੀਟਲ ਐਕਸਪੈਂਡੀਚਰ ਦਾ ਮਤਲਬ ਹੈ ਡਿਵੈਲਪਮੈਂਟ ਐਗਤੀ, ਬਜਟ ਤਾਂ 25,000 ਕਰੋੜ ਵੱਧ ਗਿਆ ਅਤੇ ਕੈਪੀਟਲ ਐਕਸਪੈਂਡੀਚਰ ਘੱਟ ਗਿਆ, ਹੁਣ 7,500 ਕਰੋੜ ਕਰਤਾ। ਤੁਸੀਂ ਦੇਖੋ ਜਿਸ ਸੂਬੇ ਦਾ ਮੁੱਖ ਮੰਤਰੀ ਕੈਪੀਟਲ ਐਕਸਪੈਂਡੀਚਰ ਹੀ ਘਟਾ ਦੇ, ਅਤੇ ਰੱਖਿਆ ਕਿਹਦੇ ਵਾਸਤੇ ਹੈ? ਆਪਣੀ ਸ਼ਕਲ ਦਿਖਾਉਣ ਵਾਸਤੇ, ਮਸ਼ਹੂਰੀ ਕਰਨ ਵਾਸਤੇ ਸਾਰਾ ਪੈਸਾ। ਮੈਂ ਹੁਣ ਤਾਂਹੀਓ ਮੈਂ ਬੇਨਤੀ ਕਰਨ ਆਇਆ ਸਾਰਿਆਂ ਲੋਕਾਂ ਨੂੰ, ਪੰਜਾਬ ਬਚਾ ਲਓ। ਆਹ ਜਿਹੜੇ ਝਾੜੂ ਵਾਲੇ ਹੈ, ਇਕੱਲੇ ਪੰਜਾਬੀ ਹੈ ਜਿਹੜੇ ਇਹਨਾਂ ਦੇ ਕਾਬੂ ਆ ਗਏ। ਦੇਖੋ ਹਿੰਦੁਸਤਾਨ 'ਚ ਇਹਨਾਂ ਨੇ ਆਹੀ ਝੂਠ ਪੂਰੇ ਦੇਸ਼ ਬੋਲਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਨਹੀਂ ਵਾੜਿਆ। ਹੁਣ ਆ 13-0 ਕਹਿੰਦਾ, 13-0 ਉਹ ਸਹੀ ਕਹਿ ਰਿਹਾ, 0 ਇਹਨੂੰ ਮਿਲਣੀ ਹੈ, ਜਿਹੜੀਆਂ 0 ਹੋਣੀਆਂ ਆਮ ਆਦਮੀ ਪਾਰਟੀ ਦੀ ਸੀਟਾਂ ਹੋਣੀਆਂ 13 ਸੀਟਾਂ। ਮੈਡਮ ਮੈਂ ਬਜਟ ਦੀ ਗੱਲ ਕਰੀ ਜਾਂਦਾ ਤੁਹਾਨੂੰ, ਮੈਂ ਪੰਜਾਬ ਦੀ ਬਚਾਉਣ ਦੀ ਗੱਲ ਕਰੀ ਜਾਂਦਾ। ਚਲੋ ਥੈਂਕ ਯੂ ਵੈਰੀ ਮਚ। ਫੋਟੋ ਕੀ ਬੋਲਦੇ ਸਾਰਾ ਇੱਕ ਜੇ ਹਾਲਤ ਹੈ ਨਾ ਪੰਜਾਬ 'ਚ, ਦੂਜਾ ਫੜਨਾ ਪੈਣਾ ਜੀ ਤੁਹਾਨੂੰ, ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅੱਜ ਵੈਸੇ ਪੰਜਾਬ ਦੀ ਪੋਜੀਸ਼ਨ ਤਾਂ ਇਹ ਹੈ ਕਿ
ਕਿਉਂਕਿ ਅਕਾਲੀ ਦਲ ਕਮਜ਼ੋਰ ਹੋ ਗਿਆ। ਮੈਂ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹੁੰਦਾ, ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੀ ਆਪਣੀ ਪਾਰਟੀ ਨੂੰ ਬਚਾ ਲਓ। ਔਰ ਨੌਜਵਾਨ ਨੂੰ ਕਿਸੇ ਕਈ ਵਾਰੀ ਕਿਸੇ ਪਾਸੇ ਤੁਰ ਜਾਂਦੇ, ਕਈ ਵਾਰੀ ਕਿਸੇ ਪਾਸੇ, ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਨੌਜਵਾਨ ਇਕੱਠੇ ਹੋ ਕੇ ਇਸ ਪਾਸੇ ਅਕਾਲੀ ਦਲ ਨੂੰ ਬਚਾਉਣ। ਇਹੀ ਹੈ ਕਿ ਹੁਣ ਇਹਨਾਂ ਸੋਚੋ ਵੀ ਅਸੀਂ ਨਵੇਂ ਪੁਰਾਣੇ ਬੰਦੇ ਜਾ ਲਾਂਗੇ। ਪੁਰਾਣੇ ਦਾ ਖਿਆਲ ਹੈ।